ਕੱਲ ਇੱਕ ਕੈਬਨਿਟ ਮੀਟਿੰਗ ਚ ਪੰਜਾਬ ਦੀ ਮੰਤਰੀ ਮੰਡਲ ਨੇ ਇਹ ਫੈਸਲਾ ਕੀਤਾ ਕਿ ਰਾਜ ਦੇ ਵਿੱਚ ਆਨਲਾਈਨ ਲਾਟਰੀ ਸ਼ੁਰੂ ਕੀਤੀ ਜਾਵੇ ਆਨਲਾਈਨ ਲਾਟਰੀ ਵਾਸਤੇ ਪਹਿਲਾਂ ਵੀ ਦੋ ਤਿੰਨ ਵਾਰੀ ਕੋਸ਼ਿਸ਼ਾਂ ਹੋਈਆਂ ਵਾਂ ਫਿਰ ਉਹਦੀ ਵਿਰੋਧਤਾ ਹੁੰਦੀ ਰਹੀ ਤੇ ਫਿਰ ਉਹ ਜਿਹੜਾ ਪ੍ਰਪੋਜ਼ਲ ਸੀਗਾ ਉਹ ਹਰ ਵਾਰੀ ਡ੍ਰੌਪ ਕਰ ਦਿੱਤਾ ਜਾਂਦਾ ਸੀ ਹੁਣ ਇਸ ਵਾਰੀ ਜਿਹੜਾ ਪ੍ਰਪੋਜ਼ਲ ਅਪਰੂਵ ਹੋਇਆ ਕੈਬਨਿਟ ਦੇ ਵਿੱਚ ਉਸ ਮੁਤਾਬਕ ਰੋਜ਼ ਦੇ 24 ਡਰਾਪ ਹੋਇਆ ਕਰਨਗੇ ਔਰ ਰਾਜ ਸਰਕਾਰ ਨੂੰ ਆਸ ਆ ਕਿ ਉਹ ਕਰੀਬ ਸਾਲਾਨਾ 150 ਕਰੋੜ ਰੁਪਈਆ ਆਪਣੀ ਲੋਟਰੀ ਤੋਂ ਹੀ ਕਮਾ ਸਕਣਗੇ ਇਸ ਵੇਲੇ ਪੰਜਾਬ ਦੇ ਵਿੱਚ ਤਿੰਨ ਸਟੇਟਾਂ ਦੀ ਆਨਲਾਈਨ ਲੋਟਰੀ ਚੱਲ ਰਹੀ ਆ ਨਾਗਾਲੈਂਡ ਮਿਜ਼ੋਰਮ ਤੇ ਸਿੱਖਿਮ ਦੀ ਇਹਨਾਂ ਤਿੰਨਾਂ ਲੋਟਰੀਜ਼ ਦੇ ਕਰੀਬ 48 ਡਰਾਅ ਨਿਕਲਦੇ ਆ ਹਜ਼ਾਰ 1100 ਜਿਹੜੇ ਰਿਟੇਲਰ ਹੈ ਜਿਹੜੇ ਡਰਾ ਕੱਢਦੇ ਆ ਔਰ ਰਾਜ ਸਰਕਾਰ ਨੂੰ ਕਰੀਬ 105 ਕਰੋੜ ਰੁਪਏ ਸਾਲਾਨਾ ਇਹਦੇ ਤੋਂ ਆਮਦਨੀ ਆ। ਰਾਜ ਸਰਕਾਰ ਦਾ ਇਹ ਕਹਿਣਾ ਕਿ ਆਲਰੇਡੀ ਸਟੇਟ ਦੇ ਵਿੱਚ ਸੱਟਾ ਤੇ ਹੋਰ ਮਟਕਾ ਵਗੈਰਾ ਜਿਹੜਾ ਵਾ ਇਹ ਲੋਕੀ ਖੇਡਦੇ ਹੀ ਆ। ਸੋ ਇਸ ਕਰਕੇ ਇੱਕ ਤਰੀਕੇ ਨਾਲ ਜੇ ਲੀਗਲਾਈਜ਼ ਅਸੀਂ ਕਰ ਦਿਆਂਗੇ ਤੇ ਜਿਹੜੀ ਇਲੀਗਲ ਗੈਰ ਕਾਨੂੰਨੀ ਐਕਟੀਵਿਟੀ ਹੈ ਜਿਹੜੀ ਉਹ ਬੰਦ ਹੋ ਜਾਊ। ਮੇਰਾ ਆਪਣਾ ਵਿਚਾਰ ਹੈ। ਕਿ ਇਹਦੇ ਨਾਲ ਸਰਕਾਰ ਦੀ ਔਰ ਲੋਕਾਂ ਦੀ ਸਰਕਾਰ ਦੀ ਤੇ ਨਹੀਂ ਲੋਕਾਂ ਦੀ ਜਿਹੜੀ ਬਰਬਾਦੀ ਸ਼ੁਰੂ ਹੋ ਸਕਦੀ ਹੈ। ਆਲਰੇਡੀ ਸਟੇਟ ਦੇ ਵਿੱਚ ਪੇਪਰ ਲਾਟਰੀ ਤੇ ਹੈ ਹੀ ਪਰ ਉਹ ਜਿਹੜੀ ਪੇਪਰ ਲਾਟਰੀ ਉਹਦਾ ਬਹੁਤਾ ਨੁਕਸਾਨ ਇਸ ਕਰਕੇ ਨਹੀਂ ਕਿਉਂਕਿ ਕੁਝ ਹਫ਼ਤੇ ਬਾਅਦ ਜਾਂ ਮਹੀਨੇ ਬਾਅਦ ਹੋ ਜੇ ਉਹਦੇ ਨਤੀਜੇ ਆਉਂਦੇ ਆ। ਸੋ ਉਹਦੇ ਜੇ 10 ਰੁਪਏ ਜਾਂ 100 ਰੁਪਏ ਤੁਸੀਂ ਲਾਤਾ ਤੇ ਮਹੀਨੇ ਬਾਅਦ ਉਹਦਾ ਰਿਜ਼ਲਟ ਆਇਆ ਜੇ ਨਾਮ ਹੀ ਨਿਕਲਿਆ ਤੇ ਸਿਰਫ 100 ਰੁਪਏ ਹੀ ਗਿਆ। ਪਰ ਇਹ ਆਨਲਾਈਨ ਲਾਟਰੀ ਜਿਹੜੀ ਹੈ ਰੋਜ਼ ਦੀ ਸ਼ੁਰੂ ਹੋ ਜੂ ਰੋਜ਼ ਦੇ 24 ਡਰਾਅ ਜਿਵੇਂ ਉਹਨਾਂ ਨੇ ਕਿਹਾ ਹੋਣਗੇ ਔਰ ਜੇ ਕੋਈ 10 ਰੁਪਇਆ ਹਰ ਡਰਾਅ ਚ ਲਾਊਗਾ ਜਾਂ 100 ਰੁਪਇਆ ਲਾਊਗਾ ਤੇ ਰੋਜ਼ ਜੇ ਉਹਨੂੰ ਆਦਤ ਪੈ ਗਈ ਤੇ ਤੁਸੀਂ ਸੋਚ ਸਕਦੇ ਜੇ ਵੀ ਕਿੰਨਾ ਪੈਸਾ ਜਿਹੜਾ ਇਹਦੇ ਚ ਬਰਬਾਦ ਹੋ ਸਕਦਾ ਸਰਕਾਰ ਨੂੰ ਮੇਰੇ ਖਿਆਲੇ ਜਿਹੜਾ ਪ੍ਰਪੋਜ਼ਲ ਹੈ ਡ੍ਰੌਪ ਕਰਨਾ ਚਾਹੀਦਾ ਹਾਂ ਜੇ ਰੈਵਨਿਊ ਦੀ ਕਮੀ ਆ ਜੇ ਪੈਸਾ ਕਮਾਉਣਾ ਹੀ ਆ ਤੇ ਸਰਕਾਰ ਨੂੰ ਚਾਹੀਦਾ ਵਾ ਕਿ ਹੋਰ ਕੋਈ ਤੰਕ ਤਰੀਕੇ ਲੱਭਣ ਜਿਹੜੀ ਰਿਲੀਜੀਅਸ ਟੂਰਿਜ਼ਮ ਆ ਧਾਰਮਿਕ ਟੂਰਿਜ਼ਮ ਆ ਉਹਨੂੰ ਵਡਾਵਾ ਦਈਏ ਕੋਸ਼ਿਸ਼ ਕਰੀਏ ਕਿ ਜਿਹੜੇ ਦਰਿਆ ਵਾ ਉਹਨਾਂ ਦੇ ਕੰਢੇ ਤੇ ਵਾਟਰ ਸਪੋਰਟਸ ਸ਼ੁਰੂ ਕੀਤੀ ਜਾਵੇ ਰੋਪੇਸ਼ ਸ਼ੁਰੂ ਕਰ ਕਿਤੇ ਜਾਣ ਹਿਮਾਚਲ ਦੇ ਨਾਲ ਉਹਦੇ ਨਾਲ ਦੋਵਾਂ ਰਾਜਾਂ ਦਾ ਹੀ ਭਲਾ ਹੋ ਜੂ ਪੰਜਾਬ ਦੇ ਵਿੱਚ სპੋਰਟਿੰਗ ਕਲਚਰ ਬਹੁਤ ਵੱਡਾ ਕਲਚਰ ਆ ਸੋ ਉਹਦੇ ਹੀ ਸਪੋਰਟਸ ਫੈਸਿਲਿਟੀਜ਼ ਕ੍ਰੀਏਟ ਕਰਕੇ ਸਪੋਰਟਸ ਟੂਰਨਾਮੈਂਟ ਤੋਂ ਵੀ ਪੈਸਾ ਕਮਾਇਆ ਜਾ ਸਦਾ ਨਾਲ ਲੋਕਾਂ ਦੀ ਸਿਹਤ ਵੀ ਬਣੂਗੀ ਆਲਰੇਡੀ اپوزیشن پارٹیز ਨੇ کیا ਵਾਪੀ ਇਹ ਗਲਤ ਤਰੀਕਾ ਵਾ ਪੰਜਾਬ ਨੂੰ ਇੱਕ ਗੈਂਬਲਿੰਗ ਡੈਨ ਨਹੀਂ ਬਣਾਉਣਾ ਚਾਹੀਦਾ ਇਹ ਕੋਈ ਲਾਸਵੇਗਸ ਵਰਗੀ ਜਗ੍ਹਾ ਨਹੀਂ ਗਈ ਪਈ ਇੱਥੇ ਇਹੋ ਜਿਹਾ ਕੰਮ ਸ਼ੁਰੂ ਕੀਤਾ ਜਾਵੇ ਸੋ ਇੱਥੇ ਹੈਲਦੀ ਐਕਟੀਵਿਟੀ ਜਿਹੜੀ ਆ ਇਹ ਨਾ ਹੋਵੇ ਕਿ ਸਰਾਜ ਸਰਕਾਰ ਨੇ ਆਪਣੇ ਆਪਣੀ ਕਮਾਈ ਵਾਸਤੇ ਲੋਕਾਂ ਦੀ ਜਿਹੜੀ ਜੇਬ ਜਿਹੜੀ ਆ ਉਹਦੇ ਚੋਂ ਕਟੌਤੀ ਸ਼ੁਰੂ ਕਰਤੀ ਜਾਵੇ ਐਨ ਲੱਗਦਾ ਵੀ ਰਾਜ ਸਰਕਾਰ ਨੇ ਕਿਉਂਕਿ ਕੈਬਨਿਟ ਨੇ ਫੈਸਲਾ ਕਰ ਲਿਆ ਉਹ ਤੋਂ ਸ਼ੁਰੂ ਕਰਨ ਗਈ ਸੋ ਇਹ ਆਪਣੇ ਹਿੱਤ ਚ ਨਹੀਂ ਇਹ ਗੱਲ ਤੇ ਮੇਰੇ ਖਿਆਲ ਲੋਕਾਂ ਨੂੰ ਆਪਣੀ ਇਹਦੇ ਖਿਲਾਫ ਆਵਾਜ਼ ਜ਼ਰੂਰ ਚੁਕਣੀ ਚਾਹੀਦੀ ਹੈ